ਸਤਿ ਸ੍ਰੀ ਅਕਾਲ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨ ਲੱਗੇ ਹਾਂ ਜੀ, ਜੋ ਅਕਸਰ ਹੀ ਆਪਾਂ ਟਾਵਰ ਵਾਲੇ ਖੰਭੇ ਵੇਖਦੇ ਹਾਂ। ਹਰ ਇੱਕ ਬੱਚੇ ਤੋਂ ਲੈ ਕੇ ਬੁੱਢੇ ਤੱਕ ਇਹ ਵਾਲੇ ਖੰਭੇ ਹਰ ਇੱਕ ਨੇ ਵੇਖੇ ਹੋਣਗੇ ਜੀ। ਅੱਜ ਆਪਾਂ ਇਸ ਦੇ ਬਾਰੇ ਵਿੱਚ ਹੀ ਗੱਲ ਕਰਨ ਲੱਗੇ ਹਾਂ ਅਤੇ ਜੋ ਆਪਾਂ ਇਸ ਵਿੱਚ ਜਾਣਕਾਰੀ ਦੇਣ ਲੱਗੇ ਹਾਂ ਜੀ, ਇਹ ਤੁਹਾਨੂੰ ਜਾਣਕਾਰੀ ਇੰਟਰਨੈੱਟ ਦੇ ਉੱਪਰ ਬਹੁਤ ਹੀ ਘੱਟ ਵੇਖਣ ਨੂੰ ਮਿਲੇਗੀ। ਕੁਛ ਸੀਮਿਤ ਲੋਕਾਂ ਨੂੰ ਹੀ ਇਸ ਜਾਣਕਾਰੀ ਬਾਰੇ ਪਤਾ ਜੀ, ਅਤੇ ਆਪਾਂ ਅੱਜ ਦੀ ਵੀਡੀਓ ਵਿੱਚ ਬਿਲਕੁਲ ਸੌਖੇ ਅਤੇ ਸਿੰਪਲ ਤਰੀਕੇ ਦੇ ਨਾਲ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਜੀ। ਆਪਣੇ ਦੋਸਤਾਂ ਦੇ ਨਾਲ ਤੁਸੀਂ ਸ਼ੇਅਰ ਲਾਜ਼ਮੀ ਕਰੋ ਜੀ, ਹੋ ਸਕਦਾ ਹੈ ਉਹ ਇਹ ਜਾਣਕਾਰੀ ਲੈਣ ਦੇ ਇੱਛੁਕ ਹੋਣ ਜੀ। ਸਭ ਤੋਂ ਪਹਿਲਾਂ ਆਪਾਂ ਇਹਨਾਂ ਖੰਭਿਆਂ ਬਾਰੇ ਜਾਣਨ ਤੋਂ ਪਹਿਲਾਂ ਆਪਾਂ ਨੂੰ ਇੱਕ ਗੱਲ ਜਾਣਨੀ ਲਾਜ਼ਮੀ ਆ ਜੀ, ਜਿੰਨੀ ਵੀ ਬਿਜਲੀ ਹੁੰਦੀ ਆ ਜੀ ਇਸ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ। ਜੋ ਸਭ ਤੋਂ ਪਹਿਲਾ ਭਾਗ ਹੁੰਦਾ ਜੀ ਉਸ ਨੂੰ ਕਿਹਾ ਜਾਂਦਾ ਹਾਈ ਵੋਲਟੇਜ, ਅਤੇ ਜੋ ਦੋ ਨੰਬਰ 'ਤੇ ਭਾਗ ਹੁੰਦਾ ਜੀ ਉਸ ਨੂੰ ਕਿਹਾ ਜਾਂਦਾ ਮੀਡੀਅਮ ਵੋਲਟੇਜ, ਅਤੇ ਤਿੰਨ ਨੰਬਰ 'ਤੇ ਹੁੰਦਾ ਜੀ ਲੋ ਵੋਲਟੇਜ। ਜੋ ਇਹ ਤੁਸੀਂ ਟਾਵਰ ਵਾਲੇ ਖੰਭੇ ਵੇਖ ਰਹੇ ਹੋ ਇਹਨਾਂ ਨੂੰ ਹਾਈ ਵੋਲਟੇਜ ਲਾਈਨ ਕਿਹਾ ਜਾਂਦਾ ਜੀ, ਕੋਈ ਇਸ ਨੂੰ ਐਚ ਟੀ ਵੀ ਕਹਿ ਦਿੰਦੇ ਆ। ਉਸ ਤੋਂ ਬਾਅਦ ਜਦੋਂ ਇਹ ਬਿਜਲੀ ਘਰ ਦੇ ਵਿੱਚ ਗਈ ਅਤੇ ਬਿਜਲੀ ਘਰ ਦੇ ਵਿੱਚ ਜੋ ਵੱਡਾ ਟਰਾਂਸਫਾਰਮਰ ਲੱਗਾ ਹੁੰਦਾ ਉਸ ਨੂੰ ਸਟੈਪ ਡਾਊਨ ਕਰਕੇ 11,000 ਵੋਲਟੇਜ ਬਣਾ ਦਿੰਦਾ ਜੀ, ਜਿਸ ਨੂੰ ਆਪਾਂ 11 KV ਕਹਿ ਦਿੰਦੇ ਹਾਂ। ਅਤੇ 11 KV ਜਦੋਂ ਆਪਣੇ ਖੇਤਾਂ ਵਿੱਚ ਜਾਂ ਘਰਾਂ ਦੇ ਵਿੱਚ ਜਾਂ ਕਿਸੇ ਇੰਡਸਟਰੀ ਦੇ ਵਿੱਚ ਟਰਾਂਸਫਾਰਮਰ ਲੱਗੇ ਹੁੰਦੇ ਆ ਉਹਦੇ ਵਿੱਚ ਜਦੋਂ 11,000 ਵੋਲਟੇਜ ਆਉਂਦੇ ਆ ਅਤੇ ਸਟੈਪ ਡਾਊਨ ਹੋਣ ਤੋਂ ਬਾਅਦ ਉਹ ਵੋਲਟੇਜ ਰਹਿ ਜਾਂਦੇ ਆ ਜੀ 220 ਵੋਲਟੇਜ ਜਾਂ 440 ਵੋਲਟੇਜ। 220 ਵੋਲਟੇਜ ਘਰਾਂ ਲਈ ਵਰਤੇ ਜਾਂਦੇ ਅਤੇ 440 ਵੋਲਟੇਜ ਇੰਡਸਟਰੀ ਲਈ ਜਾਂ ਖੇਤਾਂ ਲਈ ਵਰਤੇ ਜਾਂਦੇ ਆ ਜੀ, ਅਤੇ ਇਸ ਨੂੰ ਕਿਹਾ ਜਾਂਦਾ ਜੀ ਲੋ ਵੋਲਟੇਜ। ਯਾਨੀ ਕਿ ਇਹ ਤਿੰਨ ਕੈਟਾਗਰੀਆਂ ਦੇ ਵਿੱਚ ਵੋਲਟੇਜ ਵੰਡੇ ਗਏ ਆ ਜੀ। ਜੋ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਇਸ ਟਾਵਰ ਵਾਲੇ ਖੰਭਿਆਂ ਦੇ ਬਾਰੇ ਦੇ ਵਿੱਚ, ਇਸ ਨੂੰ ਟਰਾਂਸਮਿਸ਼ਨ ਲਾਈਨ ਕਿਹਾ ਜਾਂਦਾ ਜੀ, ਅਤੇ ਇਹਦੇ ਵਿੱਚ ਤਿੰਨ ਫੇਜ ਹੁੰਦੇ ਆ ਜੀ, ਉਹੀ ਨੀਲਾ, ਪੀਲਾ ਅਤੇ ਲਾਲ। ਅਤੇ ਬਸ ਇਹਦੇ ਵਿੱਚ ਗੱਲ ਇਹ ਆ ਵੀ ਇਹਦੇ ਵਿੱਚ ਵੋਲਟੇਜ ਬਹੁਤ ਜ਼ਿਆਦਾ ਹੁੰਦੇ ਆ। ਇਹਦੇ ਵਿੱਚ ਜੋ ਵੋਲਟੇਜ ਤੁਹਾਨੂੰ ਵੇਖਣ ਨੂੰ ਮਿਲਣਗੇ ਜੀ 20,000 ਵੋਲਟੇਜ ਤੋਂ ਲੈ ਕੇ 2,00,000 ਵੋਲਟੇਜ ਤੱਕ, ਅਤੇ ਜਿੰਨੇ ਵੀ ਜੋ ਵੋਲਟੇਜ ਆ ਉਹ ਹਾਈ ਹੁੰਦੇ ਜਾਣਗੇ ਅਤੇ ਉਨਾ ਹੀ ਖੰਭੇ ਦੀ ਉਚਾਈ ਵੱਧਦੀ ਜਾਵੇਗੀ ਜੀ। ਜਿਵੇਂ ਮੈਂ ਤੁਹਾਨੂੰ ਇੱਥੇ ਇੱਕ ਖੰਭਾ ਦਿਖਾਉਣਾ ਜੀ, ਜਿਵੇਂ ਕਿ ਤੁਸੀਂ ਇਹ ਟਾਵਰ ਵਾਲਾ ਖੰਭਾ ਵੇਖ ਰਹੇ ਹੋ ਇਹਦੇ ਉੱਪਰ 7,65,000 ਵੋਲਟੇਜ ਲੰਘ ਰਹੇ ਆ ਜੀ। ਖਤਰਾ ਲਿਖਿਆ 7,65,000 ਵੋਲਟੇਜ। ਹੁਣ ਇੰਨੇ ਵੋਲਟੇਜ ਆਪਾਂ ਧਰਤੀ ਦੇ ਨੇੜੇ ਨਹੀਂ ਰੱਖ ਸਕਦੇ, ਇਸ ਲਈ ਇਸ ਦੀ ਉਚਾਈ ਬਹੁਤ ਹੀ ਜ਼ਿਆਦਾ ਰੱਖਣੀ ਪਵੇਗੀ ਜੀ। ਅਤੇ ਇਹ ਤੁਸੀਂ ਵੇਖ ਸਕਦੇ ਹੋ ਵੀ ਬਹੁਤ ਹੀ ਉਚਾਈ ਵਾਲੇ ਖੰਭੇ ਆ ਜੀ। ਹੁਣ ਤੁਹਾਨੂੰ ਮੈਂ ਇੱਕ ਚੀਜ਼ ਹੋਰ ਵਿਖਾਉਣ ਲੱਗਾ ਜੀ, ਜਿਹੜੇ ਇਹ ਜ਼ਿਆਦਾ ਉਚਾਈ ਵਾਲੇ ਖੰਭੇ ਹੁੰਦੇ ਆ ਇਹਨਾਂ ਦੇ ਉੱਪਰ ਤੁਹਾਨੂੰ ਇੱਕ ਫੁੱਟਬਾਲ ਦੀ ਤਰ੍ਹਾਂ ਇਸ ਤਰ੍ਹਾਂ ਲਾਲ ਜਾਂ ਚਿੱਟੇ ਰੰਗ ਦੀ ਇੱਕ ਗੇਂਦ ਦਿਖਾਈ ਦੇਵੇਗੀ ਜੀ। ਤੁਸੀਂ ਜਦੋਂ ਜ਼ਿਆਦਾ ਉਚਾਈ ਵਾਲੇ ਖੰਭੇ ਵੇਖੋਗੇ ਉਹਨਾਂ ਦੇ ਉੱਪਰ ਇਹ ਵਾਲੀ ਜੋ ਗੇਂਦ ਆ, ਇਹ ਜਿਹੜੀ ਇਹ ਵਾਲੀ ਗੇਂਦ ਆ ਜੀ ਇਸ ਨੂੰ ਏਰੀਅਲ ਮਾਰਕਰ ਬਾਲ ਵੀ ਕਿਹਾ ਜਾਂਦਾ, ਅਤੇ ਜਾਂ ਇਸ ਨੂੰ ਵਿਜੀਬਿਲਟੀ ਮਾਰਕਰ ਬਾਲ ਵੀ ਕਿਹਾ ਜਾਂਦਾ। ਅਤੇ ਨਾਲ ਹੀ ਤੁਸੀਂ ਇੱਕ ਗੱਲ ਹੋਰ ਦੇਖੋ ਕਿ ਜਿਹੜੀ ਇਹ ਗੇਂਦ ਆ ਫੁੱਟਬਾਲ ਆ ਇਹ ਇੱਕ ਤਾਰ ਦੇ ਵਿੱਚ ਪਾਇਆ ਗਿਆ ਜੀ। ਇਸ ਤਾਰ ਦਾ ਨਾਮ ਹੈਗਾ ਜੀ ਲਾਈਟਿੰਗ ਪ੍ਰੋਟੈਕਸ਼ਨ। ਯਾਨੀ ਕਿ ਇਹ ਮੈਂ ਦੋਨੋਂ ਚੀਜ਼ਾਂ ਹੁਣ ਦੱਸਣ ਲੱਗਾ ਜੀ, ਜਿਹੜੀ ਇਹ ਤਾਰ ਆ ਜੀ ਲਾਈਟਿੰਗ ਪ੍ਰੋਟੈਕਸ਼ਨ ਦੀ, ਇਹ ਤੁਹਾਨੂੰ ਮੈਂ ਬਿਜਲੀ ਘਰ ਦੇ ਵਿੱਚ ਜਾ ਕੇ ਦਿਖਾਊਂਗਾ ਕਿ ਇਹ ਕਿੱਥੇ ਜਾ ਕੇ ਬੰਦ ਹੁੰਦੀ ਆ, ਕਿੱਥੇ ਜਾ ਕੇ ਮੁੱਕਦੀ ਆ, ਇਹ ਤਾਰ ਵੀ ਆਪਾਂ ਵੇਖਾਂਗੇ। ਇਸ ਤਾਰ ਦਾ ਉਸ ਤੋਂ ਪਹਿਲਾਂ ਆਪਾਂ ਕੰਮ ਸਮਝ ਲਈਏ, ਜਦੋਂ ਵੀ ਅਸਮਾਨੀ ਬਿਜਲੀ ਡਿੱਗਦੀ ਆ ਅਤੇ ਅਸਮਾਨੀ ਬਿਜਲੀ ਇਹਨਾਂ ਤਿੰਨਾਂ ਫੇਜਾਂ ਦੇ ਉੱਪਰ ਨਾ ਡਿੱਗੇ, ਕਿਉਂਕਿ ਉਹਨਾਂ ਦੀ ਜੋ ਵੋਲਟੇਜ ਆ ਉਹ ਅਨਲਿਮਿਟਡ ਆ, ਅੱਜ ਤੱਕ ਕਿਸੇ ਤੋਂ ਵੀ ਉਸਦੀ ਵੋਲਟੇਜ ਨਾਪੀ ਨਹੀਂ ਗਈ, ਅਤੇ ਉਹ ਵੋਲਟੇਜ ਇਹਨਾਂ ਤਿੰਨਾਂ ਫੇਜਾਂ 'ਤੇ ਨਾ ਡਿੱਗੇ, ਉਸ ਨੂੰ ਰੋਕਣ ਦੇ ਲਈ ਇਹ ਪਹਿਲਾਂ ਲਾਈਟਿੰਗ ਪ੍ਰੋਟੈਕਸ਼ਨ ਦੇ ਲਈ ਤਾਰ ਲਗਾਈ ਗਈ ਹੈ ਜੀ। ਉਸ ਤੋਂ ਬਾਅਦ ਹੁਣ ਆ ਗਈ ਜੀ ਗੇਂਦ ਦੀ ਗੱਲ। ਜਿਹੜੀ ਇਹ ਗੇਂਦ ਲੱਗੀ ਹੁੰਦੀ ਆ ਜੀ ਇਹਦਾ ਜਿਵੇਂ ਕਿ ਨਾਮ ਹੀ ਰੱਖਿਆ ਗਿਆ ਏਰੀਅਲ ਮਾਰਕਰ ਬਾਲ ਜਾਂ ਵਿਜੀਬਿਲਟੀ ਮਾਰਕਰ ਬਾਲ। ਜੋ ਹੈਲੀਕਾਪਟਰ ਅਤੇ ਹਵਾਈ ਜਹਾਜ਼ ਬਹੁਤ ਹੀ ਨੀਵੇਂ ਲੰਘਦੇ ਆ ਇਹ ਉਹਨਾਂ ਨੂੰ ਮਾਰਕ ਕਰਦਾ ਕਿ ਇੱਥੇ ਇੱਕ ਲਾਈਨ ਆ ਕਿ ਉਸ ਦੇ ਨਾਲ ਜਹਾਜ਼ ਨਾ ਟਕਰਾ ਜਾਵੇ, ਇਸ ਲਈ ਇਹ ਜੋ ਬੋਲ ਆ ਉਹ ਲਗਾਈ ਗਈ ਆ ਜੀ। ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਕਿ ਇਹਨਾਂ ਦੀ ਜੋ ਉਚਾਈ ਆ ਖੰਭਿਆਂ ਦੀ ਬਹੁਤ ਜ਼ਿਆਦਾ ਹੁੰਦੀ ਆ, ਅਤੇ ਜ਼ਿਆਦਾ ਉਚਾਈ ਹੋਣ ਦੇ ਕਾਰਨ ਆਕਾਸ਼ ਦੇ ਵਿੱਚ ਨੀਵਾਂ ਉੱਡ ਰਿਹਾ ਹੈ ਤਾਂ ਉਹ ਇਸ ਦੇ ਵਿੱਚ ਨਾ ਟਕਰਾਵੇ, ਇਸ ਲਈ ਉਸ ਨੂੰ ਇੱਕ ਇੰਡੀਕੇਟ ਕਰਦੀ ਆ ਜੀ ਇਹ ਵਾਲੀ ਬੋਲ, ਇਹ ਇਸ ਕੰਮ ਵਾਸਤੇ ਲਗਾਈ ਜਾਂਦੀ ਆ ਜੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਜੋ ਇਹ ਤਾਰ ਸੀ ਇਹਦੇ ਉੱਪਰ ਆ ਰਹੀ ਜਿਹਨੂੰ ਆਪਾਂ ਲਾਈਟਿੰਗ ਪ੍ਰੋਟੈਕਸ਼ਨ ਕਹਿੰਦੇ ਆ। ਮੈਂ ਇੱਥੇ ਇੱਕ ਸਬਸਟੇਸ਼ਨ ਦੀ ਵੀਡੀਓ ਮੈਂ ਬਣਾਈ ਸੀ ਉਹਦੇ ਵਿੱਚ ਇਹ ਤੁਹਾਨੂੰ ਦਿਖਾ ਰਿਹਾ ਜੀ।
ਇਹ ਵਾਲਾ ਜੋ ਸਬ ਸਟੇਸ਼ਨ ਹੈ 32 KVA ਦਾ ਸਬ ਸਟੇਸ਼ਨ ਹੈ, ਤੁਸੀਂ ਵੇਖ ਸਕਦੇ ਹੋ ਕਿ ਇਹਦੇ ਉੱਪਰ 3 ਫੇਜ ਤੋਂ ਇਲਾਵਾ 4 ਤਾਰ ਇਹ ਲਾਈਟਿੰਗ ਪ੍ਰੋਟੈਕਸ਼ਨ ਦੀ ਆ ਰਹੀ ਆ ਜੀ। ਅਤੇ ਇਹ ਤਾਰ ਇੱਥੇ ਆ ਕੇ, ਵੈਸੇ ਤਾਂ ਜਿੰਨੇ ਵੀ ਇਹ ਟਾਵਰ ਵਾਲੇ ਖੰਭੇ ਆ ਜੀ ਸਾਰੇ ਇਹ ਸਪੈਸ਼ਲ ਅਰਥ ਕੀਤਾ ਜਾਂਦਾ, ਪਰ ਫਿਰ ਵੀ ਹੋਰ ਜ਼ਿਆਦਾ ਪ੍ਰੋਟੈਕਸ਼ਨ ਦੇ ਲਈ ਇਹ ਵਾਲੀ ਤਾਰ ਤੁਸੀਂ ਵੇਖ ਸਕਦੇ ਹੋ ਕਿ ਬਿਜਲੀ ਘਰ ਦੇ ਇੱਥੇ ਅੰਦਰ ਆ ਜਾਂਦੀ ਹੈ ਜਿੱਥੇ ਟਰਾਂਸਫਾਰਮਰ ਲੱਗਾ ਹੁੰਦਾ, ਅਤੇ ਉਸ ਤੋਂ ਅੱਗੇ ਇਸ ਨੂੰ ਇੱਕ ਸਪੈਸ਼ਲ ਅਰਥ ਕੀਤਾ ਜਾਂਦਾ ਜੀ। ਵੇਖ, ਇਹ ਜੋ ਮੈਂ ਪਹਿਲਾਂ ਇੱਕ ਸਬ ਸਟੇਸ਼ਨ ਦੀ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕੀਤੀ ਸੀ, ਜੇ ਤੁਸੀਂ ਉਹ ਵੀਡੀਓ ਨਹੀਂ ਵੇਖੀ ਤਾਂ ਜ਼ਰੂਰ ਵੇਖਿਓ ਜੀ। ਉਹਦੇ ਵਿੱਚ ਆਪਾਂ ਇਹ ਇੱਕ ਇੱਕ ਗੱਲ ਤੁਹਾਨੂੰ ਦੱਸੀ ਆ ਕਿ ਇਹਦੇ ਵਿੱਚ ਕੀ ਕੁਛ ਲੱਗਾ ਹੁੰਦਾ ਅਤੇ ਕਿਵੇਂ ਕਿਵੇਂ ਆਪਣੇ ਘਰ ਦੇ ਵਿੱਚ ਬਿਜਲੀ ਆਉਂਦੀ ਆ ਜੀ। ਇੱਕ ਇੱਕ ਮੈਂ ਇਹਦੀ ਜਿੰਨਾ ਵੀ ਇੱਥੇ ਸਮਾਨ ਲੱਗਾ, ਇੱਕ ਇੱਕ ਸਮਾਨ ਦੀ ਉਹਦੇ ਵਿੱਚ ਆਪਾਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਆ ਸਿੰਪਲ ਭਾਸ਼ਾ ਦੇ ਵਿੱਚ। ਹੁਣ ਮੈਂ ਤੁਹਾਨੂੰ ਇਹ ਵਿਖਾ ਰਿਹਾ ਜੀ, ਜੋ ਤਾਰ ਆ ਇਹ ਇੱਥੇ ਆ ਚੁੱਕੀ ਆ ਜੀ, ਅਤੇ ਇੱਥੇ ਆ ਕੇ ਇਸ ਪੱਤੀ ਦੇ ਨਾਲ ਇਸਨੂੰ ਕੱਸ ਦਿੱਤਾ ਗਿਆ, ਅਤੇ ਉਸ ਪੱਤੀ ਨੂੰ ਇੱਥੇ ਅਰਥ ਕੀਤਾ ਗਿਆ ਜੀ। ਇਸ ਸਾਈਡ 'ਤੇ ਜੋ ਤੁਸੀਂ ਇਹ ਹਰੇ ਰੰਗ ਦੀ ਪੱਤੀ ਵੇਖ ਰਹੇ ਹੋ, ਇਹ ਅਰਥ ਕੀਤਾ ਗਿਆ ਜੀ। ਇਹਦਾ ਕੰਮ ਇਹ ਹੀ ਹੁੰਦਾ ਜੀ ਕਿ ਜਦੋਂ ਵੀ ਅਸਮਾਨੀ ਬਿਜਲੀ ਡਿੱਗਦੀ ਆ, ਅਤੇ ਉਸਦੇ ਨਾਲ ਕੋਈ ਵੀ ਬਿਜਲੀ ਘਰ ਨੂੰ ਨੁਕਸਾਨ ਨਾ ਹੋਵੇ, ਲਾਈਨ ਨੂੰ ਕੋਈ ਨੁਕਸਾਨ ਨਾ ਹੋਵੇ, ਉਸ ਦੀ ਪ੍ਰੋਟੈਕਸ਼ਨ ਦੇ ਲਈ ਇਹ ਤਾਰ ਲਗਾਈ ਜਾਂਦੀ ਹੈ ਜੀ। ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ? ਜੇ ਵਧੀਆ ਲੱਗੇ ਤਾਂ ਸ਼ੇਅਰ ਲਾਜ਼ਮੀ ਕਰ ਲਿਓ ਜੀ। ਜੇ ਤੁਸੀਂ ਸਾਡੇ ਫੇਸਬੁੱਕ ਪੇਜ 'ਤੇ ਪਹਿਲੀ ਵਾਰੀ ਆਏ ਹੋ ਜਾਂ ਯੂਟਿਊਬ ਚੈਨਲ 'ਤੇ ਪਹਿਲੀ ਵਾਰੀ ਆਏ ਹੋ, ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਲਾਜ਼ਮੀ ਕਰਿਓ ਜੀ। ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।